एक नंबर ग्राउंड जगह मैच है जी पिंड की टीम का झनेठे की ए टीम ते दो नंबर जो खेड़ी की टीम जीती सी खेड़ी मान सिंह जीती है दो नंबर ग्राउंड की जेतू टीम का मैच है झनेठे की ए टीम के नाल ते मेरे ख्याल खेड़ी मान सिंह की टीम जेतू रही सी दो नंबर ग्राउंड के विचों ये मैच इस तो बाद एक नंबर ग्राउंड जगला खेडिया जाना है झनेठे की ए टीम खेड़ी मान सिंह का मैच जरा एक नंबर ग्राउंड जिस तो बाद अगला मैच खेडा जाएगा ये टीम ग्राउंड के बिल्कुल नेड़े रहन जेड़ा भी ग्राउंड दो ते तीन नंबर जो पहला वेला हो गया उत्थे मैच होना लालिया वाली ते भलोटे भी टीम तैयार पर तैयार रहन भलोट ते लालिया वाली
ਜਿਹੜਾ ਵੀ ਗਰਾਊਂਡ 2 ਤੇ 3 ਚੋਂ ਪਹਿਲਾਂ ਖਾਲੀ ਹੁੰਦਾ ਉੱਥੇ ਟੀਮਾਂ ਤਿਆਰ ਵਰਤਿਆ ਰਹਿਣ। ਇਹ 2 ਮੈਚ ਜਿਹੜੇ ਬਾਕੀ ਔਰ 3 ਚੱਲ ਰਹੀ ਹੈ, ਇਹ 3 ਮੈਚ ਜਿਹੜੇ ਹੋ ਗਏ ਬਰਵਾਲੀ, ਬਹਾਦਰਗੜ੍ਹ ਤੇ ਰਾਏਸਰ, ਇਹ ਟੀਮਾਂ ਜਿਹੜੀਆਂ ਕੁਆਟਰ 'ਚ ਪ੍ਰਵੇਸ਼ ਕਰ ਚੁੱਕੀਆਂ ਨੇ। 3 ਮੈਚ ਚੱਲ ਰਹੇ ਹੈ ਔਰ 2 ਮੈਚ ਜਿਹੜੇ ਇਸ ਤੋਂ ਬਾਅਦ ਉਹ ਬਾਕੀ ਨੇ, ਫਿਰ 8 ਟੀਮਾਂ ਰਹਿ ਜਾਣਗੀਆਂ, ਕੁਆਟਰ ਦੀਆਂ ਟਾਈਆਂ ਪੈਣਗੀਆਂ। ਮੇਰੀ ਬੇਨਤੀ ਹੈ ਧਨੇਠੇ ਦੀ ਇਹ ਟੀਮ, ਇਹ ਖੇੜੀ ਦੇ ਖਿਡਾਰੀ ਜਿਹੜੇ 1 ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਰਹਿਣ, 2 ਤੇ 3 ਚੋਂ ਜਿਹੜਾ ਗਰਾਊਂਡ ਪਹਿਲਾਂ ਵਿਹਲਾ ਹੁੰਦਾ ਹੈ ਉੱਥੇ ਮੈਚ ਹੋਣਾ। ਲਾਲੇ ਵਾਲੀ ਤੇ ਧਲੋੜ ਦੀਆਂ ਟੀਮਾਂ ਦਾ, ਇਹ ਟੀਮਾਂ ਆਪੋ ਆਪਣੇ ਮੁਕਾਬਲੇ ਨੋਟ ਕਰ ਲੈਣ। ਸਾਡੀ ਬੇਨਤੀ ਹੈ ਭਰਾਵਾਂ ਦੇ ਲਈ, ਇੱਧਰ ਹਥਮ ਦੀ ਟੀਮ ਨੇ ਮੇਰੇ ਖਿਆਲ ਵੀ ਵੱਡੀ ਲੀਡ ਜਿਹੜੀ ਬਣਾ ਲਈ ਹੈ ਖੇਡ ਦੇ ਮੈਦਾਨ ਵਿੱਚ। ਬਹੁਤ ਤਗੜਾ ਮੈਚ, ਇੱਕ ਪਾਸੇ ਸ਼ਾਹਪੁਰ ਦੀ ਟੀਮ ਹੈ, ਸ਼ੇਰੂ ਦਾ ਸ਼ੌਕੀ ਹੈ, ਕਾਂਤੇ ਵਰਗੇ ਖਿਡਾਰੀ ਹੈ, ਔਰ ਦੂਜੇ ਪਾਸੇ ਕਹਿੰਦੇ ਬਈਏਵਾਲ ਦਾ ਜੌਂਤੀ, ਨਾਗਰੇ ਦਾ ਭਿਰਤੀ ਹੈ, ਹਥਮ ਦਾ ਰਾਮ ਹੈ, ਨਾਲ ਨਦੇੜ ਹੈ ਹਥਮ ਦੀ ਧਰਤੀ ਦਾ। ਬੜੀ ਵੱਡੀ ਟੀਮ ਹੈ, ਅੱਜ ਦੇ ਮੇਲੇ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ ਹਥਮ ਦੀ ਟੀਮ। ਮੁੰਡੇ ਮੇਲਾ ਜਿੱਤਣ ਦਾ ਦਮ ਰੱਖਦੇ ਹੈ, ਪਰ ਹਾਲੇ ਕੁਆਟਰ ਚੱਲਣੇ ਹੈ, ਫਿਰ 4 ਕੁਆਟਰ, 2 ਸੈਮੀ, 1 ਫਾਈਨਲ ਤੇ 2 ਮੈਚ। ਉਹ 9 ਮੈਚ ਆਪਣੇ ਕੋਲ ਹਾਲੇ, ਇਸ ਤੋਂ ਬਾਅਦ ਹੋਰ ਬਾਕੀ ਹੈ, 3 ਚੱਲ ਰਹੇ ਹੈ, ਕੁੱਲ ਮਿਲਾ ਕੇ 12 ਮੈਚ ਹੋਣਗੇ ਤੇ ਫਿਰ ਪਤਾ ਲੱਗਣਾ ਹੈ ਵੀ ਕਿਹੜੀ ਟੀਮ ਅੱਜ ਕਦੇ ਧਨੇਠੇ ਦਾ ਫਾਈਨਲ ਜਿੱਤ ਕੇ ਜਾਂਦੀ ਹੈ। ਇਧਰ ਕਿੰਨੇ ਕਿੰਨੇ ਬੰਦੇ ਮਿਲ ਜੀ 1 ਨੰਬਰ ਦੇ, 8-12, 5-12, 5 ਨੰਬਰ ਹੈ ਸ਼ਾਹਪੁਰ ਦੀ ਟੀਮ ਦੇ, 12 ਪੁਆਇੰਟ ਜਿਹੜੇ ਹਥਮ ਦੀ ਟੀਮ ਦੇ ਹੈ। ਵੱਡਾ ਫਰਕ ਖੇਡ ਦੇ ਮੈਦਾਨ ਚ ਪੈ ਚੁੱਕਿਆ ਹੈ, 5 ਦੇ ਕਹਿੰਦੇ 12 ਦੀ ਜਿਹੜੀ ਉਹ ਖੇਡੀ ਜਾ ਰਹੀ ਹੈ। ਉਧਰ 2 ਨੰਬਰ ਗਰਾਊਂਡ ਜਿਹੜੀ ਮੁੰਡੇ ਮੀਰਪੁਰ ਵਾਲੇ, ਇੱਕ ਪਾਸੇ ਕਹਿੰਦੇ ਬਿਲਕੁਲ ਨਰੋਲ ਟੀਮ ਹੈ, 2 ਖਿਡਾਰੀ ਬਾਹਰ ਨਹੀਂ ਖੇਡ ਸਕਦੇ ਹੈ, ਪਰ ਮੀਰਪੁਰ ਵਾਲੇ ਆਲ ਉੱਪਣ ਦੇ ਮੇਲੇ ਵੀ ਨਰੋਲ ਖੇਡਦੇ ਹੈ। ਰੂਪਨਗਰ ਦੀ ਧਰਤੀ ਤੇ ਆਲ ਉੱਪਣ ਮੇਲਾ ਕਰਾਇਆ ਪਾਸ ਸਾਡੇ ਵੀਰ ਨੇ, ਤੇ ਮੀਰਪੁਰ ਦੀ ਟੀਮ ਉਹ ਮੇਲੇ ਦੇ ਨਰੋਲ ਖੇਡੀ ਹੈ। ਇਹ ਵੀ ਇੱਕ ਵੱਡੇ ਮਾਣ ਵਾਲੀ ਗੱਲ ਹੈ, ਬਾਹਰ ਦੇ ਪੰਜ ਕਹਿੰਦੇ ਮੀਰਪੁਰ ਵਾਲੇ ਮੁੰਡੇ ਨਰੋਲ ਨੇ, ਨੰਬਰ 6ਵਾਂ ਜੁੜ ਗਿਆ ਇੱਧਰ ਮੇਰੇ ਹਿਸਾਬ ਨਾਲ ਸ਼ਾਹਪੁਰ ਦੇ ਖਾਤੇ। 6-12 ਹੋ ਗਏ ਨਾ ਵੀਰ ਜੀ, 6 ਤੇ 12 ਦਾ ਮੁਕਾਬਲਾ। ਕੱਪ ਬਣਾਇਆ ਕਿਹੜਾ
ਕੱਚਾ ਹੋਣਾ ਮੇਰੇ ਸੋਹਣਾ ਬਾਈ ਕਿੰਨੇ ਚਾਰ ਛੇ ਬਾਈ ਦੋ ਚਾਰ ਨਾਲੇ ਦੋ ਪਾਲੀ ਟੀਮ ਦੇ ਚਾਰ ਚਾਰ ਇੰਚ ਹੋ ਗਏ ਸਕੋਰ ਬਾਈ ਯਾਰ ਭਾਰੀ ਸਾਈਡ ਤਾਂ ਚੇਂਜ ਹੋ ਗਈ ਇਹਨਾਂ ਦੀ ਬੰਦਾ ਕੋਈ ਉਹਦੇ ਹੈ ਨਹੀਂ ਕਿਹੜਾ ਪੁੱਛ ਲਵੇ ਦੋ ਮੈਚ ਰਹਿੰਦੇ ਬਾਈ ਤਿੰਨ ਚੱਲੀ ਜਾਂਦੇ ਦੋ ਰਿਓ ਰਹਿੰਦੇ ਆ ਤਿੰਨ ਮੈਚ ਚੱਲੀ ਜਾਂਦੇ ਆ ਦੋ ਮੈਚ ਅਭੀ ਬਾਕੀ ਹੈ ਤੀਸਰੇ ਰਾਊਂਡ ਕੇ ਉਸਕੇ ਬਾਅਦ ਕੁਆਟਰ ਫਾਈਨਲ ਤਿੰਨ ਮੈਚ ਚੱਲ ਰਹੇ ਆ ਦੋ ਮੈਚ ਬਾਕੀ ਹੈ ਜੀ ਚਲੋ
ਬਈ ਇਹ ਡਿਸੀਜਨ ਤਾਂ ਕਮੇਟੀ ਵਾਲੇ ਲੈ ਸਕਦੇ ਆ, ਸਾਡਾ ਕੰਮ ਤਾਂ ਲਾਈਵ ਕਰਨਾ ਬਸ, ਜਿਹੜਾ ਮਰਜ਼ੀ ਮੈਚ ਆ ਜਾਵੇ ਇੱਥੇ, ਇਹ ਤਾਂ ਕਮੇਟੀ ਵਾਲੇ ਡਿਸੀਜਨ ਲੈ ਸਕਦੇ ਕਿਹੜਾ ਕਿੱਥੇ ਕਰਾਉਣਾ ਵਾ। ਹੁਣ ਤਾਂ ਬਈ ਜਿਹੜਾ ਖਾਲੀ ਹੋਈ ਜਾਂਦਾ ਨਾਲ ਦੀ ਨਾਲ ਹੀ ਉੱਥੇ ਲਾਈ ਜਾਂਦੇ ਆ, ਜਿਹੜਾ ਗਰਾਊਂਡ ਖਾਲੀ ਹੋਇਆ ਤਾਂ ਉੱਥੇ ਬਸ ਜਿਹੜਾ ਮੈਚ ਹੁੰਦਾ ਉਹ ਚਲਾ ਦਿੰਦੇ ਆ। ਆਹ 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 ਆਹ
ਮੇਰੇ ਕਿੰਨੇ ਪੁਆਇੰਟ ਬਾਕੀ ਨੇ? ਲਾਸਟ ਵਾਰੀ ਬੈਡੀ ਪਿੰਡ ਦੀ ਟੀਮ ਵਾਰਮ ਅਪ ਕਰ ਲਓ ਭਰਾ ਬਣ ਕੇ, ਧਨੇਠੇ ਦੀ ਇਹ ਟੀਮ ਹੈ ਤੇ ਖੇੜੀ ਦੇ ਖਿਡਾਰੀ ਇੱਕ ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਆ ਜਾਣ। ਖੇੜੀ ਮਾਨ ਸਿੰਘ ਤੇ ਧਨੇਠਾ ਇਹ ਦੋਵੇਂ ਟੀਮਾਂ ਇੱਕ ਨੰਬਰ ਗਰਾਊਂਡ ਦੇ ਨੇੜੇ ਆ ਜਾਣ। ਇਧਰ ਪੁਆਇੰਟ ਜਿਹੜਾ ਇੱਕ ਬਾਕੀ ਹੈ ਹਸਨ ਦੀ ਟੀਮ ਦਾ। ਮੇਰੀ ਬੇਨਤੀ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਇੱਕ ਨੰਬਰ ਦੇ ਨੇੜੇ ਰਹਿਣ। ਪਿੰਡ ਦੀ ਇਹ ਟੀਮ ਤੇ ਖੇੜੀ ਮਾਨ ਸਿੰਘ ਦੇ ਖਿਡਾਰੀ ਜਿਹੜੇ ਇੱਕ ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਆ ਜਾਣ। ਆਹ ਮਾਰ 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 ਮ
ਖੇਡਣ ਦਾ ਟਾਈਮ ਤਾਂ ਨਹੀਂ ਹੈ ਉੱਥੇ ਵੇਲੇ ਆ ਅੱਠ ਨੌ ਵੱਜਣੇ ਹਜੇ ਸੱਤ ਮੈਚ ਹੋ ਸੱਤ ਕਿਉਂ ਨੌ ਮੈਚ ਪਏ ਜੇ ਦੋ ਤਾਂ ਹਜੇ ਆਹ ਪੈਕ ਹੋਰ ਪਿਆ ਇੱਕ ਉਹ ਚੱਲੀ ਜਾਂਦਾ ਇੱਕ ਆਹ ਚੱਲੀ ਜਾਂਦਾ ਇਸ ਤੋਂ ਬਾਅਦ ਇੱਕ ਉਹ ਚੱਲ ਕੇ ਹੋਰ ਪਿਆ ਮੈਚ ਅਤੇ ਹੁਣ ਤਾਂ ਮੈਚ ਹੀ ਫਸਣੇ ਆ ਮੈਚ ਵੀ ਹਾਂ ਨਹੀਂ ਵਾਲੀਆਂ ਟੀਮਾਂ ਹੈਗੀਆਂ ਨੇ ਘੱਟ ਲੱਗਣੀਆਂ ਮੈਚ ਦਸ ਵੱਜਣੇ ਸੀ ਇਹਦਾ ਹਜੇ ਵੀ ਨਾ ਕੁਆਟਰ ਲਾਉਣ ਦਾ ਗਿਆਰਾਂ ਗੁਰਾਂ ਦਾ ਜੇ ਮੈਚ ਵੇਖਣੇ ਫਿਰ ਤੈਨੂੰ ਕਿਉਂ ਆਉਣਾ ਦਾ ਲੇਟ ਵਾਲਾ ਹੋਵੇ ਜੀ 1 ਵਜੇ ਦਾ ਟਾਈਮ ਦਿੱਤਾ 7 ਵਜੇ ਖੇਡਣਗੇ ਫਿਰ ਉੱਧਰ ਗਿਆ ਹੋਣਾ ਖੇਡਣ ਨਹੀਂ ਉੱਧਰ ਜਾਣਾ ਹੁੰਦਾ ਫਿਰ ਇੱਧਰ ਨਹੀਂ ਆਉਂਦਾ ਸੀਗਾ ਇੱਕ ਪਾਸੇ ਅੱਛਾ ਉੱਧਰ ਹਰ ਗਿਆ ਹਾਂ ਪਹਿਲਾਂ ਗਿਆ ਹੋਵੇ ਉੱਧਰ ਗਿਆ ਹੀ ਹੋ ਸਕਦਾ ਲੇਟ ਲੱਗਾ ਤਾ ਇੱਧਰ ਵੀਰੇ ਸਾਡੇ ਵੀਰ ਦੇ ਮੋਟਰਸਾਈਕਲ ਦੀ ਚਾਬੀ ਡਿੱਗੀ ਹੈ ਸੀਡੀ ਰਿਲੈਕਸ ਮੋਟਰਸਾਈਕਲ ਦੀ ਚਾਬੀ ਹੈ ਜੇ ਕਿਸੇ ਵੀਰ ਨੂੰ ਮਿਲਦੀ ਹੈ ਸਟੇਜ ਤੇ ਪਹੁੰਚਦੀ ਕਰ ਦਿਓ ਭਰਾ ਬਣ ਕੇ ਮੋਟਰਸਾਈਕਲ ਦੀ ਚਾਬੀ ਹੈ ਕਿਸੇ ਵੀਰ ਨੂੰ ਮਿਲਦੀ ਹੈ ਤਾਂ ਸਟੇਜ ਤੇ ਪਹੁੰਚਦੀ ਕਰ ਦਿਓ ਕਮੇਟੀ ਦਾ ਫੈਸਲਾ ਜੀ ਇੱਥੇ ਮੈਚ ਹੋਣਾ 1 ਨੰਬਰ ਗਰਾਊਂਡ ਤੇ ਪ੍ਰਬੰਧਕ ਵੀਰ ਕਹਿ ਰਹੇ ਹੈ ਮੈਚ ਸ਼ੁਰੂ ਕਰਾਓ ਜੀ ਹੱਥਾਂ ਦਾ ਰੈਫਰੀ ਆਇਆ ਕਿ ਨਹੀਂ ਵੀਰੇ ਹੱਥਾਂ ਦੀ ਟੀਮ ਇੱਕ ਰੈਫਰੀ ਭੇਜੋ ਬਾਈ ਜੀ ਪਿੰਡ ਦਾ ਮੈਚ ਹੈ ਹੱਥਾਂ ਦਾ ਇੱਕ ਰੈਫਰੀ ਆਦੇ ਹੱਥ ਬੰਨ ਕੇ ਬੇਨਤੀ ਹੈ ਸਾਡੀ ਹੱਥਾਂ ਦੀ ਟੀਮ ਸਕੋਰ ਵੀ ਯਾਰ ਸਾਈਡ ਚੇਂਜ ਹੋ ਗਈ 9-7 ਆ ਮਤਲਬ ਬਾਈ 9-7 ਜੋਰਦਾਰ ਵੀ ਮਾਰ ਹੈ ਓਏ ਯਾਰ ਨਾ 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 ਨਾ
ਸਕੋਰ ਵੀ 10-7 ਹੋ ਗਏ ਮਤਲਬ ਬਾਹਰ ਨਿਕਲ
ਓਏ ਬੱਬੂ ਰਲਿਆ ਬਾਬੂ
ਭਾਈ ਜੀ ਜ਼ਿਆਦਾ ਲੰਗਰ ਸਟੇਜ ਦੇ ਉੱਪਰ ਤਿਆਰ ਹੈ, ਜੇ ਕਿਸੇ ਨੂੰ ਚਾਹੀਦੀ ਹੋਵੇ ਉਦੋਂ ਲੱਗਦਾ ਹੋ ਗਿਆ ਮੈਚ ਵੀਰੇ। ਬਾਰੇਕਾ ਦਾ ਮੈਚ ਤਾਂ ਹੋ ਗਿਆ ਲੱਗਦਾ। ਦੌੜ ਦਾ ਮੈਚ ਹੋ ਗਿਆ ਬਾਈ। ਕੀ ਹੋਇਆ ਨੀ, ਛੇਤੀ ਤੋਂ ਛੇਤੀ ਸਟਾਰਟ ਕਰ ਦੋ ਰਿਜ਼ਲਟ। ਉਹ ਦੱਸਦੇ ਆ ਬੋਲਣਗੇ ਹੁਣ ਮੈਚ ਚ। ਹੈਲੋ, ਲੰਬੇ ਪੁੰਨੇ ਨੂੰ ਭੇਜ ਰਹੇ ਮੈਂ ਕਾਰ ਚ ਬਈ, ਗਲਾਸ ਫੜਾ ਦੀ ਇਹਨੂੰ। ਹੈਲੋ ਲੰਬੇ ਬਾਈ, ਇਸ ਟੀਮ ਚ ਕਿਹੜਾ ਬੈਠਾ ਹੈ ਬਾਈ? ਲੰਬੇ ਨੂੰ ਫੜਾਈ ਪੁੰਨੂ ਨੂੰ ਗਲਾਸ, ਯਾਰ ਗਲਾਸ ਖਤਮ ਹੋ ਗਏ ਇੱਥੇ ਸਟੇਜ ਤੇ। ਅੱਧੇ ਕੁ ਫੜਾਈ, ਸਾਰੇ ਨਾ ਫੜਾਈ, ਅੱਧੇ ਕੁ ਉਹਨਾਂ ਨੇ ਅੱਧੇ ਕੁ ਦੇ ਦਿੰਦਾ ਲੰਬੇ ਸਾਰੇ।
Thank you.
ਪੁੰਨੂ ਕਿੱਥੇ ਯਾਰ? ਇੱਥੇ ਬੰਦਿਆਂ ਨੂੰ ਚਾਹ ਪਿਲਾ ਕਿਸੇ ਆਊਟ ਮਾਰੀ ਬਾਲ ਤੂੰ ਵਾਲੀਬਾਲ ਦੀ ਦੁਨੀਆ ਚ ਤੈਨੂੰ ਤੋਪ ਕਹਿੰਦੇ ਨੇ ਤੋਪ ਬਹੁਤ ਵੱਡੀ ਲੀਡ ਆ ਖੇੜੀ ਮਾਨ ਸਿੰਘ ਦੀ ਗੱਡੀ
ਸਕੋਰ ਯਾਰ ਵੀਰੇ ਪਤਾ ਨਹੀਂ, ਸਕੋਰ 11-12 ਸੀ ਕਿੰਨਾ ਦਾ, 11-12 ਹਾਂ ਸਾਰੇ
ਕਿਹੜੇ ਜਦੋਂ ਬਈ ਲਾਈਵ ਆ ਪਪ ਸਾਹਿਬ ਤੇ ਜਿਹਨਾਂ ਟੀਮਾਂ ਨੇ ਦੇਖਣੀਆਂ ਨੇ ਉੱਥੇ ਪਹੁੰਚ ਜਾਣਾ ਵਰਿੰਦਰ ਜੀ ਨੇ ਲਾਈਵ ਕੀਤਾ ਹੋਇਆ ਬਾਈ ਉੱਥੇ ਟਾਈਆਂ ਪੈ ਰਹੀਆਂ ਨੇ ਲਾਈਵ ਟਾਈਆਂ ਪੈ ਰਹੀਆਂ ਨੇ ਆਪਣੀਆਂ ਦੇਖ ਸਕਦੀਆਂ ਨੇ ਜਿਹੜੀਆਂ ਟੀਮਾਂ ਨੇ ਦੇਖਣੀਆਂ ਫੇਰ ਕੋਈ ਇਤਰਾਜ਼ ਨਾ ਕਰਨਾ ਕਰਾਂ
ਚੰਡੀਗੜ੍ਹ ਦਾ ਮੈਚ ਆ ਬਾਈ ਅਗਲਾ ਇੱਕ ਨੰਬਰ ਗਰਾਊਂਡ ਤੇ ਉਹ ਤਿਆਰ ਰਹਿਣ ਮੈਚ ਭਾਈ ਰਾਏਸਰ ਵਰਸੇ ਬਰੂਆ ਜੀ ਚੰਡੀਗੜ੍ਹ ਵਰਸੇ ਹਾਥਨ ਹਾਂ
एक नंबर ग्राउंड च अगला मैच जी टीम बिल्कुल बारवा प्रण हवन वर्ष चंडीगढ़ पहला क्वार्टर होगा दूजा क्वार्टर रैसर ते बरूवाली दो नंबर ग्राउंड तैयार रहे चारे टीम अपना वार्म अप हो जान थोड़े नंबर ही बाकी है मैचा दे भाई Thank you.
Thank you.
Thank you.